ਅਸਲਾਮੁ ਅਲੈਕੁਮ ਦੋਸਤੋ ਪਾਕ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਮਾਸ਼ਾਅੱਲਾ ਅੱਜ ਫਿਰ ਮੈਂ ਰੋਜ਼ਾਨਾ ਦੀ ਨਿਸਬਤ ਦੋਸਤਾਂ ਵਾਸਤੇ ਇੰਤਹਾਈ ਸਸਤੀ ਇਜ਼ਰਾਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਪਾਈਆਂ ਨੂੰ ਇਹ ਬੜੀ ਪਸੰਦ ਆਵੇਗੀ ਆ ਵੇਖੋ ਦੋਸਤੋ ਇਹ ਨਹਿਰੀ ਪਾਣੀ ਇਹ ਟਿਊਬਲ ਦੇ ਜ਼ਰੀਏ ਲੱਗਦਾ ਜੀ ਇਸ ਇਲਾਕੇ 'ਚ ਆ ਵੇਖੋ ਦੋਸਤੋ ਆਪਣੀ ਇਹ 250 ਏਕੜ ਜ਼ਮੀਨ ਨਹਿਰੀ ਪਾਣੀ ਵਾਫਰ ਜੀ ਤੁਸੀਂ ਗੱਲ ਯਾਦ ਰੱਖਣੀ ਹੈ ਜਿਹੜਾ ਅਪਰ ਟੂਲ ਪ੍ਰਾਉਂਦ ਦਹਾਇਆ ਹੈ ਇਹ ਆਪਾਂ ਨੂੰ ਇਹ ਜ਼ਮੀਨ ਦੇ ਅੰਦਰ ਮਿਲਣਗੇ ਦੋਸਤੋ ਇਹ ਤਿੰਨ ਚਾਰ ਜਿਹੜੇ ਨਾ ਇਕੱਠੇ ਲੱਗੇ ਹੋਣੇ ਵੇਖੋ ਬਰਾਮਾਂ ਦੇ ਸਾਹਮਣੇ ਚਾਰ ਇਕੱਠੇ ਲੱਗੇ ਹੋਏ ਨੇ ਇਹ ਆਪਣੇ ਜੇ ਇਹ ਆਪਣੀ 250 ਏਕੜ ਜ਼ਮੀਨ ਦੇ ਨੇ ਤੁਸੀਂ ਇਹ ਚਾਰੇ ਇਕੱਠੇ ਵੀ ਚਲਾ ਸਕਦੇ ਜੀ ਆ ਵੇਖੋ ਬਹੁਤ ਵੱਡਾ ਡੇਰਾ ਬੋਤ ਵਡਾ ਡੇਰਾ ਆਪਾਂ ਨੂੰ ਇਹ 2200 ਏਕੜ ਜ਼ਮੀਨ ਦੇ ਅੰਦਰ ਮਿਲੇਗਾ। ਦੋਸਤੋ ਮਾਸ਼ਾਅੱਲਾ ਪੱਕੇ ਵਟ ਦੀ ਮੇਰਾ ਜ਼ਮੀਨ ਆਪਣੇ ਕੋਲੇ ਜੇ ਤਗੜੀ ਜ਼ਮੀਨ ਸਭ ਤੋਂ ਘੱਟ ਕੀਮਤ ਵਿੱਚ ਆਹੀਂ ਸਮਝ ਲਓ ਕਿ YouTube ਤਰੀਖ ਤੇ ਵਿੱਚ ਮੈਂ ਸਭ ਤੋਂ ਸਸਤਾ ਰਕਬਾ ਅੱਜ ਦੋਸਤਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਤੁਸੀਂ ਇੱਥੇ ਕੋਈ ਫਸਲ ਵੀ ਉਗਾ ਸਕਦੇ ਜੀ। ਇਹ ਫਸਲਾਂ ਪਰਾਵਾਂ ਦੇ ਸਾਹਮਣੇ। ਤੁਸੀਂ ਮੌਕੇ ਤੇ ਆਉਂਗੇ। ਤੇਸ ਤੋਂ ਮਾਲਕ ਨੇ ਇੱਥੇ ਚਾਰਾ ਤੇ ਚਾਵਲ ਦੀ ਫਸਲ ਕਸ਼ਟ ਕੀਤੀ ਹੋਈ ਹੈ ਇਹ 250 ਏਕੜ ਜ਼ਮੀਨ ਪਰਵਾਂ ਦੇ ਸਾਹਮਣੇ ਦੋਸਤੋ ਯਾਦ ਰੱਖਣਾ ਹੈ ਕਿ ਆਪਣੇ ਕੋਲੇ ਇਹ ਸਭ ਤੋਂ ਸਸਤੀ ਜ਼ਮੀਨ YouTube ਤਰੀਕ ਦੇ ਵਿੱਚ ਕਿ ਸਭ ਤੋਂ ਅੱਛੀ ਇਹ ਨਹੀਂ ਕਿ ਸਿਰਫ ਸਸਤੀ ਦੋਸਤੋ ਸਭ ਤੋਂ ਅੱਛੀ ਤੇ ਸਸਤੀ ਆਪਣੇ ਕੋਲੇ ਇਹ 250 ਏਕੜ ਜ਼ਮੀਨ ਜੇ ਇੱਕ ਫੈਮਲੀ ਦੀ ਜ਼ਮੀਨ ਹੈ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਦੋਸਤੋ ਆਪਣੀ ਵੀਡੀਓ ਹੁੰਦੀ ਹੈ ਬਿਲਕੁਲ origignal ਅੱਲਾ ਦਾ ਸ਼ੁਕਰ ਹੈ ਆਪਣਾ ਕੰਮ ਹੈ ਸਭ ਤੋਂ ਇੱਕ ਨੰਬਰ ਪੱਕੇ ਵਟ ਦੀ ਜ਼ਮੀਨ ਮੇਰਾ ਜ਼ਮੀਨ ਨੇਰੀ ਪਾਣੀ ਵਾਫਰ ਤੇ ਜ਼ਮੀਨ ਦੋਸਤਾਂ ਨੂੰ ਮਿਲੇਗੀ ਇੰਤਹਾਈ ਕਮ ਕੀਮਤ ਵਿੱਚ ਦੋਸਤੋ ਇਹ 250 ਏਕੜ ਜ਼ਰਾਈ ਜ਼ਮੀਨ ਨੂੰ ਤਕਰੀਬਨ ਕੋਈ ਦੋ ਤਿੰਨ ਰਸਤੇ ਲੱਗਦੇ ਨੇ ਸਰਕਾਰੀ ਤੇ ਹਰ ਰਸਤੇ ਤੇ ਤਕਰੀਬਨ ਕੋਈ 15-15 20-20 ਏਕੜ ਦਾ ਲੱਗਦਾ ਹੈ ਫਰੰਟ ਰਸਤੇ ਸਰਕਾਰੀ ਦੋ ਤਿੰਨ ਤੇ ਹਰ ਰਸਤੇ ਤੇ 15-15 20-20 ਏਕੜ ਦਾ ਲੱਗਦਾ ਹੈ ਫਰੰਟ ਮੇਂ ਦੋਸਤਾਂ ਨੂੰ ਦੁਬਾਰਾ ਫਿਰ ਨਹਿਰ ਦੇ ਕਰੀਬ ਲੈ ਚਲਣਾ ਤਾਂ ਕਿ ਦੋਸਤਾਂ ਨੂੰ ਮਜ਼ੀਦ ਸਮਝ ਲੱਗ ਸਕੇ ਆ ਵੇਖੋ ਦੋਸਤੋ ਇਹ ਨਹਿਰ ਜੀ ਇਹ ਵੱਡੀ ਨਹਿਰ ਹੈ ਜ਼ਿਲ੍ਹਾ ਬਹਾਵਲ ਨਗਰ ਤਖਸੀਲ ਮਿੰਚਨਾਬਾਦ ਆਪਾਂ ਖੜੇ ਆ ਮਿੰਚਨਾਬਾਦ ਹੈੱਡ ਸੁਲੇਮਾਨ ਕੀ ਮੈਨ ਰੋਡ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਅੰਦਰ ਆ ਕੇ ਇਹ ਨਹਿਰ ਦੇ ਵਿੱਚੋਂ ਦੀ ਪੈਪ પાਕੇ ਤਿੰਨ ਚਾਰ ਪੈਪ ਨਹਿਰ ਦੇ ਵਿੱਚੋਂ ਪਾਕੇ ਦਬਰ ਚਾਰ ਟਿਊਬਲ ਮਾਲਕ ਨੇ ਕੱਢੇ ਹੋਏ ਨੇ ਤੁਸੀਂ ਇੱਕ ਵੀ ਚਲਾ ਸਕਦੇ ਜੀ ਤੇ ਚਾਰੇ ਇਕੱਠੇ ਵੀ ਚਲਾ ਸਕਦੇ ਜੀ ਆਪਣੀ ਜ਼ਰੂਰਤ ਦੇ ਮੁਤਾਬਕ ਤੁਸੀਂ ਕਿੰਨੇ ਚਾਹੋਂ ਟਿਊਬਲ ਚਲਾ ਸਕਦੇ ਜੀ ਇਹ ਚਾਰ ਵੀ ਚਲਾ ਸਕਦੇ ਜੀ ਇੱਕ ਵੀ ਚਲਾ ਸਕਦੇ ਜੀ ਦੋ ਵੀ ਚਲਾ ਸਕਦੇ ਜੀ ਆਪਣੀ ਜ਼ਰੂਰਤ ਦੇ ਮੁਤਾਬਕ ਐਕਸਟ ਮਾਲਕ ਨੂੰ ਇੱਕ ਟੂਬਲ ਦੀ ਜ਼ਰੂਰਤ ਹੈਗੀ ਸੀ ਇਸ ਵਾਸਤੇ ਇੱਕ ਚਲਾਇਆ ਹੈ ਤੁਸੀਂ ਆਪਣੀ ਮਰਜ਼ੀ ਨਾਲ ਚਾਰ ਚਲਾ ਸਕਦੇ ਜੀ ਇਹ ਤੁਹਾਡੀ ਮਰਜ਼ੀ ਹੈ ਤੇ ਨਾਲ ਹੀ ਬਹੁਤ ਵੱਡਾ ਡੇਰਾ ਪਰਮਣ ਤੋਂ ਖਾ ਰਹੇ ਆ ਇਹ ਆਪਾਂ ਨੂੰ ਡੇਰਾ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ 200 50 ਏਕੜ ਆਪਣੇ ਕੋਲੇ ਪੱਕੇ ਵੱਟ ਦੀ ਮੇਰਾ ਜ਼ਮੀਨ ਇੰਤਖਾਈ ਕਮ ਕੀਮਤ ਵਿੱਚ ਇਸ ਇਲਾਵਾ ਮੈਂ ਦੋਸਤਾਂ ਨੂੰ ਇੱਕ ਹੋਰ ਗੱਲ ਦੱਸ ਦਵਾਂ ਜ਼ਰੂਰੀ ਕਿ ਆਪਾਂ ਕਾਰਪਟ ਰੋਡ ਤੋਂ ਯਾਨੀ ਕਿ ਪੱਕੇ ਰਸਤੇ ਤੋਂ ਸਿਰਫ 2 ਏਕੜ ਫਾਸਲਾ 'ਤੇ ਕਿ ਰਸਤੇ ਵੱਸੇ 2-3 ਆਂਦੇ ਪੈਣਾ ਤੇ ਇੱਕ ਸੇੜ ਤੋਂ ਸਿਰਫ 2 ਏਕੜ ਸਫਰ 'ਤੇ ਕਾਰਪਟ ਰੋਡ ਦਾ ਕਿ ਲੋਕੇਸ਼ਨ ਇੰਦੀ ਇੰਨੀ ਕੋ ਬਿਹਤਰੀਨ ਹੈ ਜਿਹੜਾ ਦੋਸਤ ਮੌਕੇ 'ਤੇ ਆਵੇਗਾ ਇਨਸ਼ਾਅੱਲਾ ਖੁਸ਼ ਹੋਵੇਗਾ ਤੇ ਦੋਸਤੋ ਇਹ 250 ਏਕੜ ਇਜ਼ਰਾਇ ਜ਼ਮੀਨ ਆਪਣੇ ਕੋਲੇ ਯਾਨੀ ਕਿ ਪੂਰੇ 10 ਮਰਬੇ ਇਜ਼ਰਾਇ ਜ਼ਮੀਨ ਆਪਣੇ ਕੋਲੇ ਇਹ ਪੱਕੇ ਵਟ ਦੀ ਮੇਰਾ ਜ਼ਮੀਨ YouTube ਤਰੀਖ ਦੀ ਸਭ ਤੋਂ ਸਸਤੀ ਤੇ ਸਭ ਤੋਂ ਪਾਇਦਾਰ ਅੱਜ ਮੈਂ ਜ਼ਮੀਨ ਦੋਸਤਾਂ ਵਾਸਤੇ ਲੈ ਕੇ حاضر ਹੋਇਆ ਹਾਂ ਦੋਸਤੋ ਇਸ ਇਜ਼ਰਾਇ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ ਸਿਰਫ 12 ਲੱਖ ਰੁਪਇਆ ਦੋਸਤੋ ਸਿਰਫ 12 ਲੱਖ ਰੁਪਇਆ ਇੰਦੀ ਡਿਮਾਂਡ ਜੇ ਤੇ ਫਾਈਨਲ ਨਹੀਂ ਹੈਗੀ ਜੇ ਕਿ ਕਿਸੇ ਵੀ ਜ਼ਮੀਨ ਦੀ ਡਿਮਾਂਡ ਫਾਈਨਲ ਨਹੀਂ ਹੁੰਦੀ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਕਿ 12 ਲੱਖ فی ਏਕੜ ਇੰਦੀ ਮਾਲਕ ਨੇ ਡਿਮਾਂਡ ਕੀਤੀ ਹੈ ਫਾਈਨਲ ਨਹੀਂ ਹੈਗੀ ਤੁਸੀਂ ਦੋਸਤਾਨ ਨੇ لازਮੀ ਆਪਣੇ ਨਾਲ رابطہ ਕਰਨਾ ਹੈ ਇਨਸ਼ਾਅੱਲਾ ਦੋਸਤੋ ਨੂੰ ਜ਼ਮੀਨ ਬਣ ਜਾਏਗੀ ਇੰਤਖਾਈ ਸਸਤੀ ਦੋਸਤੋ ਆਪਣੀ ਕੋਈ ਜ਼ਮੀਨ ਆਪਣੀ ਕੋਈ ਵੀਡੀਓ ਫੇਕ ਨਹੀਂ ਹੁੰਦੀ ਤੁਸੀਂ ਗੱਲ ਨੋਟ ਕਰ ਲਓ ਤਸੱਲੀ ਨਾਲ ਆਪਣੇ ਕੋਲੇ ਆਪਣਾ ਦਫ਼ਤਰ ਹੈ ਆਪਣਾ ਆਫਿਸ ਹੈ ਆਰਫ ਵਾਲਾ ਸ਼ਹਿਰ ਐ ਮੈਂ ਦੋਸਤੋ ਨੂੰ ਹਰ ਮੂਵੀ ਦੇ ਵਿੱਚ ਗੱਲ ਦੱਸਦਾ ਹੁੰਨਾ ਤੇ ਸਾਹਮਣੇ ਦੋਸਤੋ ਨੂੰ ਆਪਣੇ ਆਫਿਸ ਦੀ ਯਾਨੀ ਕਿ ਆਪਣੇ ਦਫ਼ਤਰ ਦੀ ਤਸਵੀਰ ਮਿਲ ਗਈ ਹੋਣੀ ਹੈ ਇਹ ਉੱਪਰ ਵਾਲਾ ਨੰਬਰ ਪਾਈ ਸ਼ਫਕਤ ਸਾਹਿਬ ਦਾ ਤੇ ਨੰਬਰ نیچے ਵਾਲਾ ਦੋਸਤੋ ਇਹ ਮੇਰਾ ਹੈਗਾ ਜੀ ਦੋਸਤੋ ਮੇਰੇ ਨੰਬਰ ਤੇ ਅਗਰ ਜਵਾਬ ਮਸੂਲ ਨਾ ਹੋਵੇ رابطہ ਨਾ ਹੋਵੇ ਤੇ WhatsApp 24 ਘੰਟੇ ਔਨ ਹੁੰਦੀ ਏ ਤੁਸੀਂ ਪਾਈ ਸ਼ਫਕਤ ਦੇ ਨੰਬਰ ਤੇ ਕਾਲ ਵੀ ਕਰ ਸਕਦੇ ਈ ਮੈਸੇਜ ਵੀ ਕਰ ਸਕਦੇ ਈ WhatsApp ਤੇ ਮੇਰੇ ਨੰਬਰ ਤੇ WhatsApp 24 ਘੰਟੇ ਔਨ ਹੁੰਦੀ ਏ ਤੁਸੀਂ ਕਿਸੇ ਵੀ ਟਾਈਮ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਉੰਦੀ ਰਿਪਲਾਈ ਮਿਲੇਗੀ ਤੁਸੀਂ ਯਾਦ ਰੱਖਣਾ ਹੈ ਉੱਪਰ ਵਾਲਾ ਨੰਬਰ ਭਾਈ ਸ਼ਫਕਤ ਸਾਹਿਬ ਦਾ ਹੈ ਤੇ ਨੰਬਰ نیچے ਵਾਲਾ ਇਹ ਮੇਰਾ ਹੈਗਾ ਜੀ ਇੱਕ ਗੱਲ ਰਹਿ ਗਈ ਸੀ ਉਹ ਦੋਸਤਾਂ ਨੂੰ ਮੈਂ ਕਲੀਅਰ ਕਰ ਦਿੰਨਾ ਕਿ ਕਿਸੇ ਦੋਸਤ ਨੇ ਇਹ ਜ਼ਮੀਨ ਖਰੀਦ ਕੇ ਦੇਣੀ ਉਹ ਠੇਕੇ ਤੇ ਤੇ ਠੇਕਾ ਚੱਲਦਾ ਪਿਆ ਹੈ فی ਏਕੜ ਦੇ ਹਿਸਾਬ ਨਾਲ 65000 ਰੁਪਇਆ ਆਪਣੀ ਮਕਮਲ ਗਾਰੰਟੀ ਨਾਲ ਦੋਸਤੋ ਇਹ ਆਪਣਾ ਇਲਾਕਾ ਜੀ ਭਾਵਨ ਨਗਰ ਸਹੀਵਾਲ ਪਾਕਪਤਨ ਅਰਫ ਵਾਲਾ ਆਪਾਂ ਇਸ ਇਲਾਕੇ 'ਚ ਕੰਮ ਕਰਦੇ ਪਏ ਆ 12 ਲੱਖ ਪਰ ਏਕੜ ਦੇ ਹਿਸਾਬ ਨਾਲ ਇਸ ਜ਼ਮੀਨ ਦੀ ਡਿਮਾਂਡ ਤੇ 65000 ਰੁਪਏ ਇੱਥੇ ਠੇਕਾ ਚੱਲਦਾ ਪਿਆ ਜੀ ਤੇ ਦੋਸਤੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮੈਂਟਸ ਲੈ ਕੇ ਭੇਜੋ ਇਨਸ਼ਾਅੱਲਾ ਤਾਲਾ ਬਸ਼ਰਤੇ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼